ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ ਲੈ ਕੇ ਇੱਕ ਨਵੀਂ ਵੀਡੀਓ। ਅਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਰਹਿਣ ਵਾਲੀ ਆ ਬੇਸਿਕਲੀ ਕਾਰ ਆਡੀਓ ਰਿਲੇਟਡ। ਕਾਫੀ ਪ੍ਰੀਮੀਅਮ ਟਾਈਪ ਦਾ ਸੈਟਅਪ ਹੈ ਅਤੇ ਸਟ੍ਰਿਕਟਲੀ ਐਸ ਕਿਊ ਲੈਵਲ ਦਾ ਸੈਟਅਪ ਹੈ, ਜਿਹਦੇ ਵਿੱਚ ਮਰਕਰੀ ਦੇ ਫਰੰਟ ਐਂਡ ਰੀਅਰ ਦੇ ਕੰਪੋਨੈਂਟਸ ਲੱਗੇ ਹੋਏ ਨੇ ਅਤੇ ਡੀ ਡੀ ਦਾ ਇਹਦੇ ਵਿੱਚ 4 ਚੈਨਲ ਲੈਂਪ ਲੱਗਾ ਹੋਇਆ ਅਤੇ ਸੀ ਟੀ ਕੇ ਦੀ ਇਹਦੇ ਵਿੱਚ ਸਿਲਵਰ ਡੈਂਪਿੰਗ ਹੋਈ ਹੋਈ ਹੈ। ਅਤੇ ਬਾਕੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਕਿ ਕਿਹੋ ਜਿਹੀ ਵਾਇਰਿੰਗ ਹੋਈ ਹੈ ਅਤੇ ਕਿਹੋ ਜਿਹਾ ਇਹ ਸੈਟਅਪ ਸਾਊਂਡ ਪ੍ਰੋਡਿਊਸ ਕਰਦਾ ਹੈ। ਕਾਫੀ ਮਤਲਬ ਵਧੀਆ ਅਤੇ ਹਾਈ ਐਂਡ ਲੈਵਲ ਦਾ ਸੈਟਅਪ ਇਹਦੇ ਵਿੱਚ ਰਹਿਣ ਵਾਲਾ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਅੱਜ ਅਸੀਂ ਹੈਗੇ ਹਾਂ ਹੁਸ਼ਿਆਰਪੁਰ ਅਤੇ ਮੌਸਮ ਕਾਫੀ ਵਧੀਆ ਹੈ ਅਤੇ ਹਵਾ ਚੱਲ ਰਹੀ ਹੈ ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੋਕਸਵੈਗਨ ਪੋਲੋ ਦਾ ਕਾਰ ਆਡੀਓ ਅਪਗ੍ਰੇਡ। ਅਤੇ ਜਿਹੜਾ ਵੀ ਇਹਦੇ ਵਿੱਚ ਕਾਰ ਆਡੀਓ ਅਪਗ੍ਰੇਡ ਹੋਇਆ ਉਹ ਕਾਫੀ ਹਾਈ ਐਂਡ ਲੈਵਲ ਦਾ ਹੋਇਆ ਅਤੇ ਸਟ੍ਰਿਕਟਲੀ ਉਹ ਐਸ ਕਿਊ ਲੈਵਲ ਦਾ ਹੈਗਾ ਆ। ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਕੰਪੋਨੈਂਟਸ ਜਾਂ ਜੋ ਵੀ ਇਕਵਿਪਮੈਂਟ ਇਹਦੇ ਵਿੱਚ ਯੂਜ਼ ਹੋਏ ਆ ਅਤੇ ਕਿਹੜੀ ਵਾਇਰਿੰਗ ਹੋਈ ਹੈ ਅਤੇ ਕਿੱਦਾਂ ਦੀ ਸਾਊਂਡ ਪਰਫੋਰਮ ਕਰਦੇ ਆ, ਤੁਹਾਨੂੰ ਪੂਰਾ ਕੰਪਲੀਟ ਰਿਵਿਊ ਦੇਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਪੋਨੈਂਟਸ ਦੀ। ਅਤੇ ਇਹਦੇ ਵਿੱਚ ਲੱਗੇ ਆ ਮਰਕਰੀ ਦੇ ਕੰਪੋਨੈਂਟਸ, ਮਰਕਰੀ ਕਾਰ ਆਡੀਓ ਦੇ। ਅਤੇ ਫਰੰਟ ਦੇ ਵਿੱਚ ਇਹਦੇ ਲੱਗੇ ਹੋਏ ਨੇ C62 ਕੰਪੋਨੈਂਟਸ ਐਂਡ ਰੀਅਰ ਦੇ ਇਹਦੇ ਵਿੱਚ ਲੱਗੇ ਹੋਏ ਨੇ R62 ਕੰਪੋਨੈਂਟਸ। ਅਤੇ ਜਿਹੜਾ ਐਮਪ ਦੇ ਵਿੱਚ ਯੂਜ਼ ਕੀਤਾ ਗਿਆ ਹੈ ਉਹ ਡੀ ਡੀ ਦਾ C460 ਹੈ, ਜੋ C62 ਲਈ ਥੋੜ੍ਹਾ ਅੰਡਰ ਪਾਵਰ ਚੱਲ ਰਿਹਾ, ਬਟ ਫਿਊਚਰ ਦੇ ਵਿੱਚ ਉਹਨੂੰ ਮੈਂ ਡੀ ਡੀ C400 RMS ਜਿਹੜਾ ਐਪਲੀਫਾਇਰ ਆਉਂਦਾ ਹੈ ਪਰ ਚੈਨਲ 100 ਉਹਦੇ ਨਾਲ ਜਲਦੀ ਮੈਂ ਅਪਗ੍ਰੇਡ ਕਰ ਰਿਹਾ। ਅਤੇ ਤੁਹਾਨੂੰ ਇਹਦੇ ਵਿੱਚ ਰਿਸਪੋਂਸ ਦਿਖਾਉਂਦੇ ਹਾਂ ਕਿੱਦਾਂ ਦਾ ਆਡੀਓ ਰਿਸਪੋਂਸ ਹੈ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਐਪਲੀਫਾਇਰ ਦੀ ਅਤੇ ਫਿਟਿੰਗ ਦੀ, ਜੋ ਮਸਟ ਹੈ ਤੁਹਾਨੂੰ ਦਿਖਾ ਰਿਹਾ। ਚਲੋ, ਬੈਕ 'ਤੇ ਪੂਰਾ ਬੋਰਡ ਲਗਾ ਕੇ ਇਹਦੇ ਐਂਪ ਦੀ ਫਿਟਿੰਗ ਹੋਈ ਆ ਅਤੇ ਤੁਸੀਂ ਦੇਖ ਸਕਦੇ ਆ ਆਹ ਹੈ ਡੀ ਡੀ ਦਾ C460 ਐਂਪ। ਕਾਫੀ ਰਿਲਾਇਬਲ ਐਂਪ ਹੈਗਾ, ਕੋਈ ਮੈਨੂੰ ਟ੍ਰਬਲ ਆਈ ਨਹੀਂ, ਕੋਈ ਹੀਟਅਪ ਦੀ, ਕੋਈ ਡਿਸਟੋਰਸ਼ਨ, ਕੋਈ ਇੱਦਾਂ ਦਾ ਇਸ਼ੂ ਇਹਦੇ ਵਿੱਚ ਆਇਆ ਨਹੀਂ। ਅਤੇ ਵਾਇਰਿੰਗ ਤੁਸੀਂ ਦੇਖ ਸਕਦੇ ਆ ਪੂਰੀ ਪ੍ਰੋਪਰ ਹੈ, ਬੋਰਡ ਲਗਾ ਕੇ ਵਾਇਰਿੰਗ ਹੋਈ ਹੈ, ਥੋੜ੍ਹੀ ਸਾਫ਼ ਕਰਨੇ ਵਾਲੀ ਹੈ ਸੋਰੀ। ਅਤੇ ਅੰਦਰੋਂ ਚਲੋ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਅਤੇ ਤੁਸੀਂ ਵਾਇਰਿੰਗ ਦੇਖ ਸਕਦੇ ਆ, ਆਹ ਹੈਗਾ ਆਪਣਾ ਹਾਈ ਲੋ ਕਨਵਰਟਰ 2786 ਰੁਪਏ। ਅਤੇ ਵਾਇਰਿੰਗ ਤੁਹਾਨੂੰ ਦਿਖਾ ਦੇਣਾ, ਆਹ ਲੱਗਾ ਕ੍ਰੋਸ ਓਵਰ, ਜਿਹੜੇ ਅੱਗੇ ਕੰਪੋਨੈਂਟ ਲੱਗੇ ਆ। ਆਹ ਹੈਗੀ ਆਪਣੀ ਪਾਵਰ ਕੇਬਲ, ਉਹ ਪੂਰੀ ਕਵਰ ਕੀਤੀ ਆ ਆਪਾਂ ਆਰ ਸੀ ਲੀਡ, ਪੂਰੀ ਮੈਟਿੰਗ ਦੇ ਥੱਲੇ ਵਾਂਗ ਪੂਰੀ ਸੇਫ ਆ। ਪੂਰੀ ਕਾਰਪੈਟ ਦੇ ਵਿੱਚ ਕਵਰ ਹੋ ਕੇ ਕੀਤੀ ਆ ਤਾਂ ਕਿ ਕੋਈ ਡਿਸਟੋਰਸ਼ਨ ਨਾ ਆਏ, ਦੇਖ ਸਕਦੇ ਹੋ ਤੁਸੀਂ। ਸਪੀਕਰਾਂ ਦੀ ਫਿਟਿੰਗ ਹੋ ਗਈ ਆ, ਹੈਗਾ ਕ੍ਰੋਸ ਓਵਰ, ਪੂਰਾ ਪ੍ਰੋਪਰ ਮਾਹੌਲ ਰਹਿਤਾ ਇੱਦਾਂ ਨਹੀਂ, ਸਪੀਕਰ ਰਿੰਗ ਲਗਾ ਕੇ ਸਪੀਕਰ ਫਿੱਟ ਹੋਇਆ, ਪ੍ਰੋਪਰ ਵਾਇਰਿੰਗ ਹੋ ਗਈ ਸਾਰੀ। ਸੇਮ ਇੱਧਰ ਵੀ, ਬਸ ਹੁਣ ਟਵਿੱਟਰ ਮਾਊਂਟ ਕਰਨੇ ਰਹਿ ਗਏ ਆ, ਉਹ ਇੱਥੇ ਫਲਸ਼ ਮਾਊਂਟਿੰਗ ਹੋ ਗਈ ਤੁਹਾਨੂੰ ਦਿਖਾ ਦਿੰਦੇ ਹਾਂ। ਹਾਂਜੀ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੀ ਹਾਂ ਇਹਦੀ ਵਾਇਰਿੰਗ, ਕਿੱਦਾਂ ਦੀ ਵਾਇਰਿੰਗ ਹੋਈ ਹੈ। ਅਤੇ ਇਹਦੇ ਵਿੱਚ 16 ਗੇਜ ਦੀ ਐਪਲ ਆਡੀਓ ਦੀ ਵਾਇਰਿੰਗ ਹੋਈ ਹੈ, ਤੁਸੀਂ ਦੇਖ ਸਕਦੇ ਪਿਓਰ ਕਾਪਰ ਵਾਇਰ ਹੈ। ਅਤੇ ਟ੍ਰੋਪਿਡ ਦੀ ਇਹਦੀ ਐਂਪਲੀਫਾਇਰ ਕਿੱਟ ਹੈ ਵਾਇਰਿੰਗ ਦੀ। ਅਤੇ ਜਿਹੜੀਆਂ ਆਰ ਸੀ ਆਈ ਲੀਡਸ ਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਾਰਪੈਟ ਦੇ ਵਿੱਚ ਕਵਰਡ ਹੈ ਅਤੇ ਅਲੱਗ ਅਲੱਗ ਹੈ, ਮੇਨ ਇਹਦਾ ਡਿਫਰੈਂਸ ਹੋਣਾ ਚਾਹੀਦਾ ਅਲੱਗ ਅਲੱਗ, ਕਿਉਂਕਿ ਜਦੋਂ ਆਪਾਂ ਐਂਪ ਦੀ ਵਾਇਰਿੰਗ ਦੇ ਨਾਲ ਕੋਈ ਵੀ ਆਰ ਸੀ ਆਈ ਲੀਡਸ ਲੈ ਜਾਂਦੇ ਹਾਂ ਤਾਂ ਉਹ ਡਿਸਟੋਰਸ਼ਨ ਕ੍ਰੀਏਟ ਕਰਦੀਆਂ, ਕਰੰਟ ਇਹਦੇ ਵਿੱਚ ਹਾਈ ਵੋਲਟੇਜ ਹੁੰਦਾ ਹੈ ਜਿਸ ਨਾਲ ਸਪੀਕਰ ਦੇ ਵਿੱਚ ਛੂਛਾਂ ਦੀ ਜਿਹੜੀ ਆਵਾਜ਼ ਆਉਂਦੀ ਹੈ ਉਹ ਕੈਚ ਕਰ ਲੈਂਦੇ ਹਾਈ ਸੈਂਸਿਟਿਵ ਸਪੀਕਰਸ। ਅਤੇ ਵਾਇਰਿੰਗ ਤੁਸੀਂ ਦੇਖ ਸਕਦੇ ਹਾਂ 16 ਗੇਜ ਦੀ ਵਾਇਰਿੰਗ ਹੈ, ਉੱਧਰਲੇ ਸਪੀਕਰਾਂ ਦੀ ਅਲੱਗ ਵਾਇਰਿੰਗ ਆ ਰਹੀ ਹੈ, ਪੂਰੀ ਅੰਡਰਗਰਾਊਂਡ ਵਾਇਰਿੰਗ ਹੈ, ਕੋਈ ਮਤਲਬ ਨਕਲੀ ਜਿਹਾ ਕੰਮ ਨਹੀਂ ਹੋਇਆ ਲੱਗ ਰਿਹਾ, ਪੂਰਾ ਪ੍ਰੋਪਰ ਇੱਕ ਜਿੱਦਾਂ ਕੰਮ ਹੋਣਾ ਚਾਹੀਦਾ ਹੈ, ਵਧੀਆ ਕੰਮ ਮਤਲਬ ਉਹ ਵਾਲਾ ਇੱਥੇ ਕੰਮ ਹੋਇਆ। ਅਤੇ ਤੁਹਾਨੂੰ ਸਪੀਕਰਸ ਦੀ ਪਲੇਸਮੈਂਟ ਦਿਖਾਉਂਦੇ ਹਾਂ, ਆਹ ਤੁਸੀਂ ਦੇਖ ਸਕਦੇ ਹੋ R62 ਮਰਕਰੀ ਦੇ ਕੰਪੋਨੈਂਟ ਸੈੱਟ ਲੱਗੇ ਹੋਏ ਨੇ, ਇਹ ਫਲਸ਼ ਮਾਊਂਟ ਕੀਤਾ ਹੈ, ਪ੍ਰੋਪਰ ਇੰਨੀ ਪੂਰਾ ਸਰਕਲ ਦੇ ਵਿੱਚ ਕਟਿੰਗ ਕਰਕੇ ਇਹਨਾਂ ਦੀ ਮਾਊਂਟਿੰਗ ਹੁੰਦੀ ਹੈ ਅਤੇ ਪੂਰੀ ਪ੍ਰੋਪਰ ਫਿਟਮੈਂਟ ਹੈ। ਕਈ ਵਾਰੀ ਇਸ਼ੂ ਮੇਨ ਫਿਟਮੈਂਟ ਦਾ ਹੀ ਆਉਂਦਾ ਹੈ ਕਿ ਜਦੋਂ ਪੈਨਲ ਆਪਾਂ ਰਿਮੂਵ ਕਰਦੇ ਹਾਂ ਤਾਂ ਦੁਬਾਰਾ ਜਦੋਂ ਰੀਜੁਆਇਨ ਕਰਦੇ ਹਾਂ ਤਾਂ ਇਹਦੇ ਵਿੱਚ ਗੈਪ ਆ ਜਾਂਦਾ, ਤੁਸੀਂ ਦੇਖ ਸਕਦੇ ਪੂਰਾ ਪ੍ਰੋਪਰ ਗੈਪ ਪ੍ਰੋਪਰ ਫਿਟਮੈਂਟ ਹੋਈ ਹੈ ਅਤੇ ਕੋਈ ਇੱਦਾਂ ਦਾ ਮਤਲਬ ਲੌਕ ਸਿਸਟਮ ਕੋਈ ਟੁੱਟੇ ਨਹੀਂ ਹੋਏ।
तो पूरी प्रॉपर वायरिंग यदि अंडरग्राउंड तो वायरिंग हुई है। तो हम गल करते हैं मरकरी C62 कंपोनेंट्स की, इन्हें प्लेसमेंट की। जेडे मरकरी C62 कंपोनेंट्स ने ये यूजली 80 RMS से ड्राइव होंगे ने, ते जो मेरा एम्पलीफायर है वो 60 RMS का है। थोड़े अंडर पावर चल रहे हैं बट मैं फ्यूचर के जल्दी एम्पलीफायर अपग्रेड करूँगा। तो जी मरकरी C62 कंपोनेंट्स की फिटमेंट है वो बहुत ही ज़्यादा टफ है। नॉर्मल बंदा अपनी कार दे विच डायरेक्ट प्लग एंड प्ले नहीं फिट करा सकता, इनू प्रॉपर जिन्हों बंदे नू फिट करने आते हैं वो ही फिट कर सकता है, क्योंकि इसका जो मैगनेट साइज़ है बहुत ही ज़्यादा ब्रॉड है एज़ कंपेयर टू अदर ब्रांड्स। इसका जो मैगनेट है वो काफ़ी ज़्यादा ह्यूज है, तो इसनों डबल रिंग लगते हैं प्रॉपर अगे की कटिंग होंगी है फिर यह फिट होंगे, नॉर्मल बंदा फिट नहीं करा सकता। तो कई गड्डियों के स्पीकर फिट हो भी नहीं सकता, जिदा TUV आई थिंक TUV आती है 300 महिंद्रा की या कोई होर गड्डिया ने जिन्हां दे विच शैलो माउंटिंग होंदी है उहदे विच इह कंपोनेंट नहीं फिट हो सकता। तो इहदे विच CTK की सिल्वर डैंपिंग हुई है, 3-लेयर डैंपिंग हुई है। डैंपिंग करने का यूज़ यही सी कि कार नूं पूरा कंफर्टेबल बनाया जाए तो बाहरली कोई भी आवाज़ कैच ना करे। तो तुसीं देख सकते हो इहदा ट्विटर, ये ट्विटर 28 mm का काफ़ी ब्रॉड ट्विटर है, तो यूजली ये इत्थे ही माउंट कर सकते हैं। तो इस नाल स्टैंड प्रॉपर आता है फिक्सिंग करन वाला, तो जी ये कस्टम पॉड्स डिजाइन करा के माउंट करा सकते हैं, बट मैनू फिटमेंट यदि इदा ज़्यादा वधिया लगी तो मैं इदा फिट करा लिया। तो बाकी तुसी जिदा का फिट कराना चाहो किसी भी कार दे विच वो तुसी करा सकते हैं, आइदर इन द कस्टम पॉड्स और विद द प्रॉपर स्टैंड दैट कम्स विद इट। तो जो इसका क्रॉसओवर साइज़ है तो वह भी तुहानू एक बार चैक करा दें। कार दे विच डोर दे पैनल दे विच स्पेस घट होण करके मैं इसनों इत्थे माउंट कराया, तुसीं देख लो एक वारी मरकरी द पावर ऑफ साउंड टेक्नोलॉजी। काफ़ी स्वीट तुहानू मैं कह दवां वॉइस प्रोड्यूस करते हैं यह कंपोनेंट्स, बहुत ही ज़्यादा मिठी है, तुहानू इदां नहीं लगेगा कि तुसीं फैटीग फील करूंगे लोंग ड्राइव ते। बहुत ही सॉफ्ट वोकल्स इन्हां दे आंदे ने, ते उधर भी सेम इसी तरह माउंट होए ने, तो उसका भी क्रॉसओवर पूरा नीचे ही माउंट होया। तुहानू एक बार इधर भी दिखा देना है, देख सकते हो तुसीं। तो गल करते हैं इन्हां दी साउंड दी, तो कॉस्टिंग भी मैं तुहानू दस्सांगा इन्हां दी, पर एक बार मैं तुहानू कहना चाहना जे तुसीं वीडियो पसंद करते हैं तो प्लीज़ एक बार लाइक शेयर एंड कमेंट कर दियो, तो मेरे पेज में सबसक्राइब भी कर दियो मनी सिंह ऑफिशियल। तो मेरा इंस्टाग्राम से अकाउंट है मनी सिंह ऑफिशियल MONEYSINGHOFFICIAL। हाँ जी, तो एक बार हम तुम ये साउंड भी सुनाने कि साउंड है। तो मेरे नाल ने नंदरा भाजी जिन्होंने पिछे 62 कंपोनेंट फिट किए हैं, तो एक बार चलो तुम साउंड सुनाने NCS का गाना ही लगा सकते हैं, इससे नहीं तो कॉपीराइट स्ट्राइक आजगा, नहीं तो तुम मैं इंस्टाग्राम से फॉलो कर सकते हो, जो कोई होर सॉन्ग सुनना हो मैं मैसेज कर सकते हो। तो आज एक बार तुम साउंड सुनाइए। Stay lost. We are free.
गल करते हैं इस सैटअप की कॉस्ट की, ये अप्रोक्सीमेटली 70,000 का आप सैटअप कह सकते हैं, जिस दे विच डीडी का C460 एम्पलीफायर, मरकरी C62 कॉम्पोनेंट्स, मरकरी R62 कॉम्पोनेंट्स, दो रॉकफोर्ड फॉसकेट के कन्वर्टर, प्रॉपर वायरिंग 16 गेज एम्प की अलग वायरिंग, RCA केबल्स एंड पूरी फिटमेंट जो भी हुई है, अप्रोक्सीमेटली 70,000 का सैटअप रहा। तो जे तुम दस्यो हूँ कि सैटअप लगे, मेरे अकॉर्डिंग तो बहुत ही सॉफ्ट, बहुत ही क्लीयर वोकल्स प्रोड्यूस करते हैं ये, तो मैं रिकमेंड भी करता मरकरी सैटअप लगाने। तो जल्दी तुम होर भी अपडेट करा इदा दधिया वीडियोज़ न, जिस यूजली इंटरनेशनल ब्रांड्स लाइक फ्लक्स DLS इदा के सैटअप तुम जल्दी दिखावे पंजाब हुशियारपुर के जलंधर। तो जे तुम ये वीडियो चंकी लगी तो प्लीज़ लाइक करियो, मेरे चैनल में शेयर करियो, सबसक्राइब करियो। चैनल का नाम है मनी सिंह ऑफिशियल, MONEYSINGH OFFICIAL ऑन यूट्यूब एंड